ਅੱਜ ਦੇ ਸੈਗਮੈਂਟ 'ਚ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਰਬਜੀਤ ਕੌਰ ਰੋਮਾਨਾ ਨਾਲ, ਅਤੇ ਗੱਲਬਾਤ ਰਹੇਗੀ ਕਿ ਸਮਰਸ ਦਾ ਮਹੀਨਾ ਚੱਲ ਰਿਹਾ ਅਤੇ ਇਸ ਵਿੱਚ ਕਿਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਹੈ। ਚਾਈਨੀਜ਼ ਮੈਡੀਸਨ ਕੀ ਕਹਿੰਦੀ ਇਸ ਬਾਰੇ ਅਤੇ ਕਿਵੇਂ ਐਕੂਪੰਕਚਰ ਮਦਦ ਕਰ ਸਕਦਾ ਹੈ, ਆਹ ਇਸ ਬਾਰੇ ਗੱਲਬਾਤ ਕਰਦੇ ਹਾਂ ਸਰਬਜੀਤ ਕੌਰ ਰੋਮਾਨਾ ਜੀ ਨਾਲ। ਜੀ ਹਾਂ ਜੀ, ਵੈਲਕਮ। ਹਾਂਜੀ, ਥੈਂਕ ਯੂ। ਗਰਮੀਆਂ ਨੇ ਜੀ, ਅੱਜ ਕੱਲ੍ਹ ਧੁੱਪ ਬੜੀ ਤੇਜ਼ ਚੱਲ ਰਹੀ ਹੈ। ਗਰਮੀ ਸੀ, ਹਾਂਜੀ, ਇਟਸ 24 ਤੋਂ ਲੈ ਕੇ 26 ਦੇ ਵਿੱਚ ਟੈਂਪਰੇਚਰ ਚੱਲ ਰਿਹਾ, ਸਾਡੇ ਵਾਸਤੇ ਬਹੁਤ ਜ਼ਿਆਦਾ ਹੈਗਾ। ਹਾਂਜੀ, ਭਾਵੇਂ ਜਿਹੜੇ ਇੰਡੀਆ ਤੋਂ ਆਉਂਦੇ ਨੇ ਕਹਿੰਦੇ ਨੇ ਉਹ ਤਾਂ ਅਸੀਂ ਤਾਂ ਸਵਰਗ 'ਚ ਆ ਗਏ ਹੈਗੇ, ਬੱਚੇ ਤਾਂ ਬੀਚ 'ਤੇ ਜਾ ਕੇ ਬੈਠ ਜਾਂਦੇ ਆ। ਐਬਸੋਲਿਊਟਲੀ। ਸੋ ਇਹੋ ਜਿਹੇ ਮੌਸਮ ਦੇ ਵਿੱਚ ਖਾਣ ਪੀਣ ਦਾ ਅਤੇ ਆਪਣੀ ਸਿਹਤ ਨੂੰ ਤੁਸੀਂ ਤੰਦਰੁਸਤ ਰੱਖਣ ਲਈ ਕੀ ਰਿਕਮੈਂਡ ਕਰੋਗੇ, ਕਿਉਂਕਿ ਤੁਹਾਡੇ ਕੋਲ ਜਦੋਂ ਪੇਸ਼ੈਂਟਸ ਆਉਂਦੇ ਨੇ ਜਿਹਦੇ 'ਚ ਕਿ ਕਈਆਂ ਦੀ ਗਰਮੀਆਂ ਦੇ ਸਿਰ ਦਰਦ ਵੱਧ ਜਾਂਦੀ ਜਾਂ ਧੁੱਪ 'ਚ ਜ਼ਿਆਦਾ ਰਹੇ ਨੇ ਜਾਂ ਡੀਹਾਈਡਰੇਸ਼ਨ ਹੋ ਜਾਂਦੇ ਸੀ, ਪਾਣੀ ਵੱਲ ਬਹੁਤਾ ਨਹੀਂ ਧਿਆਨ ਦਿੰਦੇ, ਜਾਂ ਸਾਡਾ ਖਾਣ ਪੀਣ ਕਿਹੋ ਜਿਹਾ ਹੋਏ ਜਿਹਦੇ ਨਾਲ ਕਿਸੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕੀਏ। ਹਰਪ੍ਰੀਤ ਜੀ, ਇਹ ਅਗੇਨ ਟੋਪਿਕ 'ਤੇ ਤੁਸੀਂ ਕਾਫੀ ਕੁਛ ਡਿਸਕਸ ਆਪਾਂ ਕਰ ਸਕਦੇ ਹਾਂ, ਪਰ ਆਪਾਂ ਜਿਹੜਾ ਕਿ ਮੋਸਟਲੀ ਪੀਪਲ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਪਤਾ ਹੀ ਹੋਊਗਾ ਕਿ ਪਹਿਲੀ ਗੱਲ ਤਾਂ ਆਪਾਂ ਨੂੰ ਸਮਰ ਦੇ ਵਿੱਚ ਆਪਣੇ ਜਿਹੜੀ ਕਲੋਥਿੰਗ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਕਿ ਆਪਣੇ ਆਪ ਨੂੰ ਸਨ ਤੋਂ ਕਿਵੇਂ ਪ੍ਰੋਟੈਕਟ ਕਰਨਾ। ਸੋ ਕੋਟਨ ਦੀ ਜਿਹੜੀ ਕਲੋਥਿੰਗ ਆ ਉਹ ਬੈਟਰ ਆ। ਸੋ ਦੂਸਰੀ ਗੱਲ, ਆਪਾਂ ਇੱਥੋਂ ਦੇ ਅਕੋਰਡਿੰਗਲੀ, ਵੈਸਟਰਨ ਵਰਲਡ ਦੇ ਅਕੋਰਡਿੰਗਲੀ ਪੀਪਲ ਜਿਹੜੇ ਆ ਟੈਂਕ ਟੋਪਸ ਪਾ ਕੇ ਬਾਹਰ ਜਾਂਦੇ ਆ, ਹੈ ਨਾ। ਸੋ ਘੱਟ ਤੋਂ ਘੱਟ ਕਲੋਥਿੰਗ ਪਾ ਕੇ, ਸ਼ਾਰਟਸ ਵਗੈਰਾ, ਤਾਂ ਨਥਿੰਗ ਰੋਂਗ ਇਨ ਦੈਟ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਗਰਮੀ ਲੱਗੂਗੀ ਜਾਂ ਉਹ ਸਨ ਲਾਈਕ ਕਰਦੇ ਆ। ਪਰ ਜਿਵੇਂ ਤੁਸੀਂ ਆਪਣੀ ਗੱਲ ਕੀਤੀ ਆ, ਸੋ ਆਪਣੇ ਜਦੋਂ ਬਜ਼ੁਰਗ ਜਿਹੜੇ ਸੀਗੇ ਉਹ ਪਿੱਛੇ ਕਹਿੰਦੇ ਹੁੰਦੇ ਸੀ ਕਿ ਕੋਟਨ ਦੇ ਕੱਪੜੇ ਪਾਓ, ਬਾਹਾਂ ਨੂੰ ਕਵਰ ਕਰੋ, ਆਪਣੀ ਬਾਡੀ ਨੂੰ ਕਵਰ ਕਰੋ। ਸੋ ਸੇਮ ਜਿਵੇਂ ਆਪਾਂ ਸਨਸਕ੍ਰੀਨ ਲਗਾਉਂਦੇ ਹਾਂ ਟੂ ਪ੍ਰੋਟੈਕਟ ਯੂਅਰ ਸੈਲਫ ਫਰੋਮ ਦਾ ਸਨ, ਹੈ ਨਾ। ਸੋ ਜਦੋਂ ਤੁਸੀਂ ਕੋਟਨ ਦੇ ਕੱਪੜੇ ਪਾਓਗੇ ਤਾਂ ਇੱਕ ਤਾਂ ਉਹ ਜਿਹੜੀ ਤੁਹਾਡੀ ਆ ਜਿਹੜਾ ਸਿੰਥੈਟਿਕ ਜਿਹੜਾ ਐਸਪੈਕਟ ਆਫ ਕਲੋਥਸ ਹੈਗਾ ਉਹ ਸਨ ਦੇ ਨਾਲ ਰਿਐਕਸ਼ਨ ਹੋ ਕੇ ਆਪਣੀ ਬਾਡੀ ਨੂੰ ਬੈਡ ਇਫੈਕਟ ਨਹੀਂ ਕਰੂਗਾ। ਸੋ ਦੂਸਰੀ ਗੱਲ ਹੈਗੀ ਹੈ, ਕੋਟਨ ਜਿਹੜੀ ਹੈ ਤੁਹਾਡੇ ਜਿਹੜਾ ਸਵੈਟ ਆ ਉਹਨੂੰ ਅਬਜ਼ਰਬ ਕਰੂਗੀ, ਸੋ ਇਟਸ ਅ ਕੂਲਿੰਗ, ਤੁਹਾਨੂੰ ਉਹ ਕੂਲ ਰੱਖਦੀ ਹੈ, ਹੈ ਨਾ। ਸੋ ਕਲੋਥਿੰਗ ਦਾ ਹੋਣਾ ਚਾਹੀਦਾ ਮੇਰੇ ਖਿਆਲ 'ਚ ਕਿ ਆਪਾਂ ਨੂੰ ਪੂਰੇ ਕੱਪੜੇ ਪਾਉਣੇ ਚਾਹੀਦੇ ਆ, ਬਾਹਾਂ ਨੂੰ ਕਵਰ ਕਰਕੇ ਸੋ ਸਨ ਤੋਂ ਪ੍ਰੋਟੈਕਟ ਕਰ ਸਕਦੇ ਹਾਂ। ਸਨਸਕ੍ਰੀਨ ਲਾਉਣੀ ਬਹੁਤ ਜ਼ਰੂਰੀ ਆ ਜਿਹੜੀ ਕਿ ਇੱਥੇ ਮੈਂਸ਼ਨ ਕਰਦੇ ਹਾਂ। ਦੂਸਰੀ ਗੱਲ, ਤੁਸੀਂ ਜਿਵੇਂ ਵਾਟਰ ਸਨ ਅਤੇ ਜਿਹੜਾ ਉਹਨੂੰ ਉਹ ਤੋਂ ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਜਦੋਂ ਤੁਸੀਂ ਵਾਟਰ ਦੇ ਵਿੱਚ ਜਾਂਦੇ ਹੋ ਸਨ ਜਿਹੜਾ ਇਹ ਮੋਰ ਇਫੈਕਟਿਵ ਹੁੰਦਾ ਅਤੇ ਉਹਦੇ ਨਾਲ ਉਹਦੀ ਜਿਹੜੀ ਟੈਨਿੰਗ ਵੀ ਵਰਸ ਹੁੰਦੀ ਹੈ ਤੁਹਾਡੀ ਸਕਿਨ ਲਈ, ਇਟਸ ਨੋਟ ਗੁੱਡ। ਸੋ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ। ਹਾਈਡਰੇਸ਼ਨ ਦੇ ਬਾਰੇ ਕੀ ਕਹੋਗੇ, ਪਾਣੀ ਕਿੰਨਾ ਕੁ ਪੀਣਾ ਚਾਹੀਦਾ? ਦੂਸਰਾ ਇਹ ਹੈਗਾ ਕਿ ਡੈਫੀਨੇਟਲੀ ਜਦੋਂ ਸਮਰ ਆ ਉਦੋਂ ਆਪਣੇ ਆਪ ਨੂੰ ਹਾਈਡਰੇਟ ਕਰੋ। ਸੋ ਹਾਈਡਰੇਟ ਕਰਨ ਲਈ ਪਹਿਲਾਂ ਤੁਸੀਂ ਫੂਡ ਮੈਂਸ਼ਨ ਕੀਤਾ, ਫੂਡ ਲਾਈਟ ਫੂਡ ਖਾਓ। ਹੁਣ ਸਪਾਈਸਿਸ ਵਿੰਟਰ 'ਚ ਚਾਹੀਦੀਆਂ ਨੇ ਆਪਾਂ ਨੂੰ, ਹੁਣ ਜਿਵੇਂ ਬਾਰਬੀਕਿਊ ਆ, ਬਾਰਬੀਕਿਊ ਵੀ ਹੌਟ ਫੂਡ ਆ, ਕਿਉਂਕਿ ਜਿਹੜਾ ਸਮੋਕੀ ਫੂਡ ਆ ਇਟਸ ਨੋਟ ਗੁੱਡ ਫੋਰ ਯੋਰ ਹੈਲਥ, ਇਟਸ ਲਾਈਕ ਇਟਸ ਨੋਟ ਰੀਅਲੀ ਗੁੱਡ ਫੋਰ ਯੋਰ ਸਟਮਕ, ਹੈ ਨਾ। ਸੋ ਸੋਟੇ ਫੂਡ ਖਾ ਸਕਦੇ ਹੋ, ਉਹ 'ਚ ਸਪਾਈਸਿਸ ਵਗੈਰਾ ਪਾ ਕੇ। ਆਪਾਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ ਕਿ ਜਿਹੜਾ ਫੂਡ ਆ ਉਹਨੂੰ ਕੱਚਾ ਵੀ ਨਾ ਖਾਓ, ਪਰ ਉਹਨੂੰ ਥੋੜ੍ਹਾ ਜਿਹਾ ਓਇਲ ਪਾ ਕੇ ਸੋਟੇ ਜ਼ਰੂਰ ਕਰੋ, ਹੈ ਨਾ, ਸਾਲਟ ਐਂਡ ਪੈਪਰ ਅਕੋਰਡਿੰਗ ਟੂ ਯੋਰ ਚੋਇਸ। ਐਂਡ ਜਿਵੇਂ ਕਿ ਮੋਰਨਿੰਗ ਜਿਹੜਾ ਆਪਣਾ ਕਿਮਨ ਸੀਡਸ ਆ, ਜ਼ੀਰਾ ਹੁੰਦਾ, ਉਹ ਠੰਡਾ ਹੁੰਦਾ, ਪਰ ਉਹ ਠੰਡਾ ਭੁੰਨਣ ਤੋਂ ਬਾਅਦ ਹੁੰਦਾ। ਤੁਸੀਂ ਜੀਰੇ ਨੂੰ ਭੁੰਨ ਕੇ ਉਹ ਪਾਣੀ 'ਚ ਪਾ ਕੇ ਕਰ ਸਕਦੇ ਹੋ। ਅਤੇ ਅੱਜ ਕੱਲ੍ਹ ਤਾਂ ਅਕਸਰ ਦੇਖਿਆ ਗਿਆ ਪਾਰਟੀ 'ਚ ਆਪਣੇ ਸਾਰਿਆਂ ਨੂੰ ਬਹੁਤ ਅਵੇਅਰਨੈਸ ਹੈਗੀ ਆ ਕਿ ਆਪਾਂ ਕਿਕੰਬਰ ਦੇ ਪੀਸਿਸ ਸਲਾਈਸਿਸ ਕੱਟ ਕੇ, ਉਹਦੇ ਵਿੱਚ ਤੁਸੀਂ ਆਹ ਲੈਮਨ ਕੱਟ ਕੇ, ਸੋ ਕਿਕੰਬਰ ਜਿਹੜਾ ਬਹੁਤ ਕੂਲਿੰਗ ਆ, ਇਟਸ ਰੀਅਲੀ ਕੂਲਿੰਗ, ਹਾਈਡਰੇਟਿੰਗ, ਹੈ ਨਾ। ਅਤੇ ਤੁਸੀਂ ਉਹ ਜ਼ਿਆਦਾ ਤੁਸੀਂ ਆਪਣੇ ਬੋਟਲ 'ਚ ਜਦੋਂ ਬਾਹਰ ਜਾਣਾ ਬੋਟਲ ਦੇ ਵਿੱਚੋਂ ਪੀਸਿਸ ਕੱਟ ਕੇ ਅਤੇ ਉਹ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ। ਐਂਡ ਵਾਟਰਮੈਲਨ ਅਗੇਨ ਜ਼ੀਰੋ ਕੈਲਰੀਜ ਐਂਡ ਇਟਸ ਕੂਲਿੰਗ ਨਰਿਸ਼ਿੰਗ, ਤੁਹਾਨੂੰ ਸ਼ੂਗਰ ਲੈਵਲ ਨਹੀਂ ਲੋ ਹੁੰਦਾ, ਹੈ ਨਾ। ਐਂਡ ਆਲ ਦੀਜ਼ ਸਮਰ ਫਰੂਟਸ ਐਂਡ ਕੈਂਟਲੂਪ, ਵਾਟਰਮੈਲਨ, ਹਨੀ ਡਿਊ, ਸੋ ਇਹ ਸਾਰਿਆਂ 'ਚ ਬਹੁਤ ਜ਼ਿਆਦਾ ਵਾਟਰ ਹੁੰਦਾ, ਸੋ ਤੁਹਾਨੂੰ ਹਾਈਡਰੇਟ। ਸੋ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਲੋਥਿੰਗ, ਹਾਈਡਰੇਟ ਯੋਰ ਸੈਲਫ, ਲੌਂਗ ਐਕਸਪੋਜ਼ਰ ਤੋਂ ਅਵੋਇਡ ਕੀਤਾ ਜਾਵੇ, ਬੈਟਰ ਆ ਸਨ ਤੋਂ, ਹੈ ਨਾ। ਸੋ ਉਸ ਤੋਂ ਬਾਅਦ ਜੇ ਤੁਹਾਨੂੰ ਹੈਡੇਕ ਵਗੈਰਾ ਹੋ ਰਹੀ ਆ, ਸੋ ਸ਼ੇਡ ਦੇ ਵਿੱਚ ਗਲਾਸਿਸ, ਸਨ ਗਲਾਸਿਸ ਤੁਹਾਨੂੰ ਲਾ ਕੇ ਬਾਹਰ ਜਾਓ। ਜੇ ਹੈਡੇਕ ਹੋ ਰਹੀ ਆ ਉਹਦੇ ਲਈ ਇਹੀ ਪ੍ਰਿਵੈਂਸ਼ਨ ਹੈਗੀ ਆ ਕਿ ਤੁਸੀਂ ਬੈਕ ਆਫ ਹੈਡ 'ਤੇ ਆਈਸ ਪੈਕ ਜਿਹੜਾ ਹੈਗਾ ਪੈਕ ਰੱਖ ਲਓ, ਜਾਂ ਆਈਸ ਜਿਪਲੋਕ ਬੈਗ 'ਚ ਪਾ ਕੇ। ਸੋ ਜੇ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਵੀ ਹੈਗਾ, ਇਟਸ ਵੈਰੀ ਇਫੈਕਟਿਵ, ਤੁਸੀਂ ਆਪਣੀ ਨੇਪ ਦੇ ਵਿੱਚ ਇੱਥੇ ਉਹਦੇ 'ਚ ਠੰਡਾ ਜਿਵੇਂ ਆਈਸ ਰੱਖ ਲਓ, ਉਹਦੇ ਨਾਲ ਤੁਹਾਡੀ ਹੈਡੇਕ ਕਾਫੀ ਘੱਟ ਜੂਗੀ। ਸੋ ਚਾਈਨੀਜ਼ ਮੈਡੀਸਨ ਦੇ ਵਿੱਚ ਮੂੰਗੀ ਨੂੰ ਬਹੁਤ ਕੂਲਿੰਗ ਮੰਨਿਆ ਜਾਂਦਾ, ਹੈ ਨਾ। ਸੋ ਦੂਸਰੀ ਗੱਲ ਹੈਗੀ ਹੈ, ਦੇ ਆਰ ਜੂਹਾ ਕ੍ਰਾਈਸੈਂਥੀਮਮ ਫਲਾਵਰ ਆ ਵਿਚ ਇਜ਼ ਵੈਰੀ ਕੂਲਿੰਗ, ਐਂਡ ਉਹਨੂੰ ਤੁਸੀਂ
ਜਿਵੇਂ ਥੋੜ੍ਹਾ ਜਿਹਾ ਲੈ ਕੇ ਉਹਦੇ ਵਿੱਚ ਵਾਟਰ ਗਰਮ ਪਾਣੀ ਪਾ ਕੇ ਅਤੇ ਉਹਨੂੰ ਥੋੜ੍ਹੀ ਦੇਰ ਕਵਰ ਕਰਕੇ ਰੱਖ ਦੋ ਹੋਲ ਡੇ ਯੂ ਕੈਨ ਡਰਿੰਕ ਦੈਟ ਇਟ ਲੋਅਰ ਯੋਰ ਬਲੱਡ ਪ੍ਰੈਸ਼ਰ ਇਟਸ ਗੁੱਡ ਫੋਰ ਯੋਰ ਆਈਜ਼ ਇਟਸ ਗੁੱਡ ਫੋਰ ਯੋਰ ਹੈਡਏਕ ਸਮਰ ਹੈਡਏਕ ਸਮਰ ਹੀਟ ਹੈਡਏਕ ਹਨ ਅਤੇ ਉਹਦੇ ਵਿੱਚ ਤੁਸੀਂ ਗੋਸ਼ੀ ਜੀ ਬੇਰੀਜ਼ ਮਿਲਦੀਆਂ ਨੇ ਜਿਹੜੀਆਂ ਰੈੱਡ ਹੁੰਦੀਆਂ ਨੇ ਦੇ ਆਰ ਵੈਰੀ ਨਰਿਸ਼ਿੰਗ ਸੋ ਉਹਨਾਂ ਦੋਨਾਂ ਦਾ ਕੰਬੀਨੇਸ਼ਨ ਐਕਚੁਲੀ ਰੀਅਲੀ ਗੁੱਡ ਫੋਰ ਸਮਰ ਹੈਡਏਕ ਐਂਡ ਆਈਜ਼ ਆਈਜ਼ ਦੀ ਜਿੱਥੇ ਗੱਲ ਕਰਨੀ ਜੀ ਕਿਉਂਕਿ ਕਈ ਵਾਰੀ ਆਈਜ਼ ਬਰਨ ਵੀ ਹੁੰਦੀਆਂ ਨੇ ਗਰਮੀ ਜਦੋਂ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਸ ਵਾਸਤੇ ਵੀ ਕੁਝ ਤੁਸੀਂ ਰਿਕਮੈਂਡ ਕਰੋਗੇ ਹਾਂਜੀ ਉਹੀ ਸੇਮ ਚੀਜ਼ਾਂ ਉਹੀ ਆਪਣੇ ਕਿਕੰਬਰ ਪੀਸ ਨੂੰ ਤੁਸੀਂ ਕਰਕੇ ਉੱਪਰ ਆਈਜ਼ ਤੇ ਰੱਖ ਸਕਦੇ ਹੋ ਠੀਕ ਹੈ ਤੇ ਅਨਦਰ ਥਿੰਗ ਤੁਸੀਂ ਟੀ ਬੈਗ ਨੂੰ ਗਿੱਲਾ ਕਰਕੇ ਫ੍ਰਿਜਰ ਦੇ ਵਿੱਚ ਰੱਖ ਦਿਓ ਐਂਡ ਇਟਸ ਐਂਟੀ ਆਕਸੀਡੈਂਟ ਸੋ ਇਟਸ ਰੀਅਲੀ ਗੁੱਡ ਫੋਰ ਯੋਰ ਆਈਜ਼ ਕੂਲਿੰਗ ਕੋਈ ਵੀ ਹੋਵੇ ਚਾਹੇ ਗ੍ਰੀਨ ਟੀ ਹੋਵੇ ਚਾਹੇ ਬਲੈਕ ਟੀ ਹੋਵੇ ਸੋ ਕੋਈ ਵੀ ਤੁਸੀਂ ਉਹਨੂੰ ਆਈਜ਼ ਦੇ ਵਿੱਚ ਰੱਖੋ ਇਟਸ ਵੈਰੀ ਸੂਦਿੰਗ ਹਾਂਜੀ ਐਂਡ ਕਿਕੰਬਰ ਇਜ਼ ਵੈਲ ਨੋਨ ਸੂਦਿੰਗ ਫੈਕਟਰ ਹਾਂਜੀ ਜਿੱਥੇ ਹਰਬਸ ਦੀ ਗੱਲ ਕਰਨੀ ਆ ਉਹਦੇ ਵਿੱਚ ਚਾਈਨੀਜ਼ ਮੈਡੀਸਿਨ ਜਿਹੜੀ ਹੈਗੀ ਅਸੀਂ ਸੁਣਨੇ ਆ ਬਹੁਤ ਸਾਰੇ ਹਰਬਸ ਜਿਹੜੇ ਨੇ ਉਹਦੀ ਵਰਤੋਂ ਕੀਤੀ ਜਾ ਸਕਦੀ ਹੈ ਕੁਝ ਗਰਮੀਆਂ ਦੇ ਵਿੱਚ ਕੋਈ ਤੁਸੀਂ ਰਿਕਮੈਂਡ ਕਰਦੇ ਹੋ ਕੋਈ ਖਾਸ ਜਿਸ ਤਰ੍ਹਾਂ ਤੁਸੀਂ ਕ੍ਰਾਈਸੈਂਥੀਮ ਜਿਹੜਾ ਕ੍ਰਾਈਸੈਂਥੀਮਮ ਫਲਾਵਰ ਹਾਂਜੀ ਗੋਸ਼ੀ ਜੀ ਬੇਰੀਜ਼ ਸੋ ਦੇ ਆਰ ਲਾਈਕ ਦੋਜ਼ ਆਰ ਫਾਰਮੂਲਾਸ ਹੀਟ ਕਲੀਅਰਿੰਗ ਸਮਰ ਹੀਟ ਕਲੀਅਰਿੰਗ ਫਾਰਮੂਲਾਸ ਐਂਡ ਸੇਮ ਟਾਈਮ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਹੀਟ ਦੇ ਵਿੱਚ ਕਿਤੇ ਬਾਹਰ ਰਹਿ ਗਏ ਅਤੇ ਤੁਸੀਂ ਤੁਹਾਡੀ ਬਾਡੀ ਨੇ ਹੀਟ ਕੰਜ਼ਿਊਮ ਕਰ ਲਈ ਐਕੂਪੰਕਚਰ ਦੇ ਸਰਟਨ ਪੁਆਇੰਟਸ ਰਾਈਟ ਅਵੇ ਤੁਹਾਡੀ ਹੀਟ ਨੂੰ ਰਿਲੀਜ਼ ਕਰ ਦਿੰਦੇ ਆ ਜਿਵੇਂ ਕਈ ਪੇਸ਼ੈਂਟ ਹੁਣ ਮੈਨੋਪੌਜ਼ਲ ਪੇਸ਼ੈਂਟ ਹੈਗੇ ਆ ਦੇ ਫੀਲਿੰਗ ਲਾਈਕ ਸਵੈਟਿੰਗ ਹੌਟ ਐਂਡ ਜਦੋਂ ਹੀ ਟ੍ਰੀਟਮੈਂਟਸ ਕਰਦੇ ਆ ਦੇ ਸਟਾਰਟ ਫੀਲਿੰਗ ਓਕੇ ਕੈਨ ਯੂ ਪੁੱਟ ਹੀਟ ਔਨ ਸੋ ਦੇ ਆਰ ਫੀਲਿੰਗ ਬੈਲੈਂਸ ਇਟਸ ਆਲ ਅਬਾਊਟ ਬੈਲੈਂਸ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਸਮਰ ਦੇ ਵਿੱਚ ਆਪਣੇ ਆਪ ਨੂੰ ਪ੍ਰੋਟੈਕਟ ਕਰੋ ਕਿਉਂਕਿ ਸਨ ਸਟ੍ਰੋਕ ਵੀ ਕਾਫੀ ਜ਼ਿਆਦਾ ਹੋ ਜਾਂਦੇ ਆ ਉਹਦੇ ਨਾਲ ਫਰਦਰ ਵੀ ਕਾਫੀ ਇਸ਼ੂਜ ਕ੍ਰੀਏਟ ਹੋ ਸਕਦੇ ਆ ਸੋ ਅਨਦਰ ਇਸ਼ੂ ਸਟਮਕ ਸੋ ਜਦੋਂ ਤੁਹਾਡੀ ਸੰਨ ਦੇ ਵਿੱਚ ਆਪਾਂ ਬਾਹਰ ਪਾਰਟੀ 'ਚ ਹੁਣੇ ਮੈਂ ਸੁਣਿਆ ਸੀ ਕਿਸੇ ਕਿਤੇ ਪਾਰਟੀ 'ਚ ਲੋਕਾਂ ਦੇ ਸਾਰਿਆਂ ਨੂੰ ਫੂਡ ਪੋਇਜ਼ਨਿੰਗ ਹੋ ਗਈ ਸੋ ਉਹ ਕਿਸੇ ਦੀ ਗਲਤੀ ਨਹੀਂ ਹੁੰਦੀ ਸਮ ਕਿਉਂਕਿ ਸਮਰ ਤੇ ਟੈਂਪਰੇਚਰ ਦਾ ਬਹੁਤ ਖਿਆਲ ਰੱਖਣਾ ਪੈਂਦਾ ਬਿਲਕੁਲ ਇੱਥੇ ਲੈਣੀ ਜੀ ਇੱਕ ਬ੍ਰੇਕ ਵਾਪਸ ਆ ਕੇ ਤੁਹਾਡੇ ਤੋਂ ਇੱਥੇ ਹੀ ਮੈਂ ਕੰਟੀਨਿਊ ਰੱਖਾਂ ਕਿਉਂਕਿ ਇੱਥੇ ਵੀ ਅਸੀਂ ਦੇਖਨੇ ਫੂਡ ਪੋਇਜ਼ਨਿੰਗ ਪਰ ਖਾਸ ਤੌਰ ਤੇ ਜਦੋਂ ਅਸੀਂ ਟਰੈਵਲ ਕਰਦੇ ਆ ਉਸ ਸਮੇਂ ਵੀ ਇਹੋ ਜਿਹੇ ਬੜੇ ਸਾਰੇ ਇਸ਼ੂਜ਼ ਆ ਜਾਂਦੇ ਨੇ ਤੇ ਜਦੋਂ ਇੰਡੀਆ ਵੀ ਜਾਂਦੇ ਉੱਥੇ ਕਹਿੰਦੇ ਜੀ ਬਾਹਰੋਂ ਨਾ ਖਾਓ ਤੁਸੀਂ ਕਿਹੜੀਆਂ ਪ੍ਰੀਕਾਸ਼ਨਸ ਲੈਣ ਦੀ ਲੋੜ ਹੈ ਇਸ ਬਾਰੇ ਗੱਲ ਕਰਨੀ ਹੈ ਇਸ ਬ੍ਰੇਕ ਤੋਂ ਬਾਅਦ My name is Jeevan Bath, and I'd like to tell you why you should purchase your next vehicle from Suki Bath Motors. Suki Bath has been selling quality pre-owned vehicles for 37 years. All of our vehicles come with a certified inspection report, and history reports are available for all vehicles. All of our sales staff is fully licensed. We promise to give you the best customer service experience. Last but not least, we provide financing for everybody, regardless of your credit situation. Visit SukiBathMotors.com today. Once again, welcome back to the program. ਅੱਜ ਦੇ ਸੈਗਮੈਂਟ 'ਚ ਮੇਰਾ ਸਾਥ ਦੇਣਗੇ ਸਰਬਜੀਤ ਕੌਰ ਰੋਮਾਨਾ ਜੀ ਜਿਹੜੇ ਕਿ ਚਾਈਨੀਜ਼ ਮੈਡੀਸਨ ਦੇ ਐਕਸਪਰਟ ਨੇ ਅਤੇ ਐਕੂਪੈਂਚਰ ਦੇ ਵੀ ਐਕਸਪਰਟ ਨੇ ਅੱਜ ਇਹਨਾਂ ਦੀ ਜੋ ਵਿਜ਼ਡਮ ਹੈ ਉਸ ਤੋਂ ਕੁਛ ਇਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ ਕਿ ਗਰਮੀਆਂ ਦੇ ਇਸ ਮੌਸਮ ਦੇ ਵਿੱਚ ਕਿਵੇਂ ਆਪਣੇ ਸਟਮਕ ਨੂੰ ਅਸੀਂ ਪ੍ਰੋਟੈਕਟ ਰੱਖਣਾ ਹੈ ਅਤੇ ਕਿਵੇਂ ਆਪਣੇ ਗੱਟ ਨੂੰ ਸਟਰੋਂਗ ਬਣਾਉਣਾ ਹੈ ਕਿਉਂਕਿ ਫਲੂ ਬਹੁਤ ਜ਼ਿਆਦਾ ਕਈ ਵਾਰੀ ਹੋ ਜਾਂਦਾ ਹੈ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ ਅਤੇ ਈਵਨ ਲੋਕਲੀ ਵੀ ਅਤੇ ਜਦੋਂ ਅਸੀਂ ਟਰੈਵਲ ਕਰਦੇ ਹਾਂ ਕਿਹੜੀ ਚੀਜ਼ਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਸਵਾਗਤ ਜੀ ਤੁਹਾਡਾ ਜੀ ਹਾਂਜੀ ਥੈਂਕ ਯੂ ਸੋ ਲੋਕਲ ਗੱਲ ਕਰੀਏ ਜੀ ਪਹਿਲਾਂ ਤਾਂ ਅੱਜ ਕੱਲ੍ਹ ਪਾਰਟੀਆਂ ਗਰਮੀਆਂ 'ਚ ਬੜੀ ਹੁੰਦੀਆਂ ਨੇ ਬਾਰਬੀਕਿਊਜ਼ ਹੁੰਦੇ ਨੇ ਵਿਆਹ ਦਾ ਸੀਜ਼ਨ ਹੁੰਦਾ ਹੈ ਅਸੀਂ ਖਾ ਵੀ ਲੈਂਦੇ ਹਾਂ ਪਰ ਬਾਅਦ ਵਿੱਚ ਅਸੀਂ ਕਈ ਵਾਰੀ ਕਹਿੰਦੇ ਹਾਂ ਜੀ ਪੇਟ ਖਰਾਬ ਹੋ ਗਿਆ ਸੋ ਕੀ ਕੀਤਾ ਜਾਏ ਉਹਦੇ ਲਈ ਹਰਪ੍ਰੀਤ ਜੀ ਇਟਸ ਲਾਈਕ ਜਿਵੇਂ ਤੁਸੀਂ ਕਿਹਾ ਕਿ ਇਟਸ ਜਸਟ ਕਾਮਨ ਨੌਲੇਜ ਹੈਗੀ ਆ ਜਿਹੜੀ ਕਿ ਆਪਣੇ ਸਰੋਤਿਆਂ ਨੂੰ ਵੀ ਪਤਾ ਖੈਰ ਉਹਨਾਂ ਨੂੰ ਹੋ ਸਕਦਾ ਆਪਣੇ ਤੋਂ ਜ਼ਿਆਦਾ ਪਤਾ ਹੋਵੇ ਪਰ ਉਹਦੇ ਵਿੱਚ ਇਹੀ ਹੈ ਕਿ ਟੈਂਪਰੇਚਰ ਇਜ਼ ਵੈਰੀ ਇੰਪੋਰਟੈਂਟ ਕਿਉਂਕਿ ਆਪਾਂ ਯੂਜ਼ ਟੂ ਹੈਗੇ ਹਾਂ ਇੱਕ ਕੋਲਡ ਇਨਵਾਇਰਮੈਂਟ ਵਿੱਚ ਰਹਿਣ ਦੇ ਕਿਉਂਕਿ ਆਪਾਂ ਕਈ ਵਾਰੀ ਫੂਡ ਨੂੰ ਆਊਟਸਾਈਡ ਜ਼ਿਆਦਾ ਦੇਰ ਲਈ ਰੱਖ ਲਈਦਾ ਜਿਵੇਂ ਚਿਕਨ ਲਿਆਂਦਾ ਬਾਰਬੀਕਿਊ ਲਈ ਉਹਨੂੰ ਮੇਕ ਸ਼ੋਰ ਕਰੋ ਕਿ ਉਹਨੂੰ ਕਾਰ 'ਚ ਰੱਖ ਕੇ ਹੋਰ ਗਰੋਸਰੀ ਸ਼ਾਪਿੰਗ ਨਾ ਕਰਨ ਜਾਓ ਹੈ ਨਾ ਸੋ ਉਹਦੇ ਵਿੱਚ ਉਹਦੇ ਜਿਹੜਾ ਰੋ ਚਿਕਨ ਹੈਗਾ ਤੁਸੀਂ ਕੋਈ ਵੀ ਲਿਆਂਦਾ ਅਤੇ ਉਹਨੂੰ ਮੇਕ ਸ਼ੋਰ ਵੀ ਜ਼ਿਆਦਾ ਆਪਣੇ ਲਈ ਕੂਲਿੰਗ ਕੋਈ ਬੈਗ ਲੈ ਕੇ ਜਾਓ ਆਈਸ ਬਾਕਸ ਸੋ ਉਹਦੇ ਵਿੱਚ ਆਈਸ ਪੈਕ ਰੱਖ ਕੇ ਉਹਦੇ 'ਚ ਲੈ ਕੇ ਆਓ ਜੇ ਤੁਸੀਂ ਸਿੱਧੇ ਹੀ ਘਰ ਲੈ ਕੇ ਆਏ ਉਹਨੂੰ ਇਮੀਜੀਏਟਲੀ ਫਰਿੱਜ 'ਚ ਰੱਖੋ ਸੋ ਜਿਹੜੇ ਮਾਈਕਰੋਬਸ ਨੇ ਜਿਹੜੇ ਬੈਕਟੀਰੀਆਸ ਨੇ ਆਈ ਐਮ ਟਾਕਿੰਗ ਰਾਈਟ ਨਾਓ ਫਰੋਮ ਮਾਈਕਰੋਬਾਇਲੋਜਿਸਟ ਐਸਪੈਕਟ ਐਂਡ ਉਹ ਬਹੁਤ ਛੇਤੀ ਗਰੋਅ ਹੁੰਦੇ ਆ ਕਿਉਂਕਿ ਜਿਹੜੇ ਮੀਟ ਪ੍ਰੋਡਕਟਸ ਨੇ ਇਹਨਾਂ ਦੀ ਜਿਹੜੀ ਇਹ ਕਹਿੰਦੇ ਆ ਕਿ ਉਹਨਾਂ ਲਈ ਪੈਟਰੀ ਡਿਸ਼ ਨੇ ਟੂ ਗਰੋ ਬੈਕਟੀਰੀਆ ਹੈ ਨਾ ਹਾਈ ਪ੍ਰੋਟੀਨ ਜਿਹੜੀ ਹੈਗੀ ਆ ਕਿ ਥੋੜੀ ਦੇਰ ਵੀ ਇਸ ਨੂੰ ਜੇ ਅਸੀਂ ਫ੍ਰਿਜ ਚੋਂ ਬਾਹਰ ਰੱਖੇ ਤੇ ਇਹ ਪ੍ਰੋਡਿਊਸ ਹੋ ਜਾਂਦੇ ਨੇ ਯੈਸ ਸਪੈਸ਼ਲੀ ਲਾਈਕ ਸਮਰ ਟਾਈਮ ਸੋ ਜਦੋਂ ਤੁਸੀਂ ਫ੍ਰਿਜ ਦੇ ਵਿੱਚ ਬੈਗ ਰੱਖੋ ਮੇਕ ਸ਼ੋਰ ਉਹਨੂੰ ਖੋਲ ਕੇ ਰੱਖੋ ਇਹ ਆਪਾਂ ਲਿਆ ਕੇ ਜੀ ਓਕੇ ਉਹਨਾਂ ਨੇ ਟਾਈਟ ਬੰਦ ਕੀਤਾ ਹੋਇਆ ਤੇ ਉਹਨੂੰ ਅੰਦਰ ਰੱਖਤਾ ਸੋ ਉਹਨੂੰ ਮੇਕ ਸ਼ੋਰ ਕਰੋ ਵੀ ਉਹਨੂੰ ਓਪਨ ਕਰਕੇ ਰੱਖੋ ਤੇ ਜੇ ਤੁਹਾਨੂੰ ਰੱਖਣ ਦੀ
ਦੋ ਤੁਸੀਂ ਅੱਜ ਕੁੱਕ ਨਹੀਂ ਕਰਨਾ ਤਾਂ ਮੇਕ ਸ਼ੋਰ ਉਹਨੂੰ ਥੋੜ੍ਹਾ ਜਿਹਾ ਮੈਰੀਨੇਟ ਜਾਂ ਤੁਸੀਂ ਕੁੱਕ ਵੀ ਕਰਨਾ ਬਲੈਕ ਪੈਪਰ ਸਾਲਟ ਵਗੈਰਾ ਥੋੜ੍ਹੀ ਸਪਾਈਸਿਸ ਪਾ ਦਿਉ ਉਹਦੇ ਵਿੱਚ ਤਾਂ ਜੋ ਜਿਸ ਤਰ੍ਹਾਂ ਕਿ ਉਹਨਾਂ ਨੂੰ ਮੈਰੀਨੇਸ਼ਨ ਥੋੜ੍ਹੀ ਜਿਹੀ ਹੋ ਜਾਵੇ ਅਤੇ ਮੈਂ ਐਕਚੁਲੀ ਮੈਨੂੰ ਇਸ ਚੀਜ਼ ਤੋਂ ਬਹੁਤ ਡਰ ਲੱਗਦਾ ਹੁੰਦਾ ਕਿ ਮੀਟ ਨੂੰ ਲੈ ਕੇ ਕਾਰ ਦੇ ਵਿੱਚ ਤੁਰੇ ਨਾ ਫਿਰੋ ਕਿ ਆ ਹੁਣ ਇੱਥੋਂ ਆਹ ਲੈ ਲੈਂਦੇ ਹਾਂ ਵਾਟਰਮੈਲਨ ਚੱਕ ਲੈਂਦੇ ਹਾਂ ਇੰਨੀ ਜ਼ਿਆਦਾ ਗਰਮੀ ਹੈ ਹੁਣ ਜਦੋਂ ਮੈਂ ਆ ਰਹੀ ਸੀ ਕਿੰਨੀ ਦੇਰ ਮੇਰੀ ਕਾਰ ਠੰਡੀ ਨਹੀਂ ਹੋਈ ਹੈ ਨਾ ਸੋ ਇਸ ਕਰਕੇ ਮੈਨੂੰ ਲੱਗਦਾ ਟੈਂਪਰੇਚਰ ਦਾ ਖਿਆਲ ਰੱਖਣਾ ਕਿਸੇ ਵੀ ਚੀਜ਼ ਲਈ ਬਹੁਤ ਈਵਨ ਕੈਂਟਲੂਪ ਕੈਂਟਲੂਪ ਜਦੋਂ ਥੋੜ੍ਹਾ ਜਿਹਾ ਵੀ ਜ਼ਿਆਦਾ ਗਰਮੀ 'ਚ ਬਾਹਰ ਰਹਿ ਗਿਆ ਅਤੇ ਉਹਦੇ ਨਾਲ ਤੁਹਾਨੂੰ ਉਹ ਸਟਮਕ 'ਤੇ ਬਹੁਤ ਹਾਰਮਿੰਗ ਆ ਐਕਚੁਲੀ ਸੋ ਕੈਂਟਲੂਪ ਨੂੰ ਜੇ ਤੁਸੀਂ ਬਹੁਤ ਹੀ ਮਤਲਬ ਕੋਲਡ ਹੀ ਖਾਓ ਬਹੁਤਾ ਹੌਟ ਜੇ ਬਾਹਰ ਰਹਿ ਗਿਆ ਉਹਨੂੰ ਵੀ ਅਵੋਇਡ ਹੀ ਕਰੋ ਅਤੇ ਕੈਂਟਲੂਪ ਐਂਡ ਵਾਟਰ ਇਜ਼ ਰੀਅਲੀ ਬੈਡ ਕੰਬੀਨੇਸ਼ਨ ਹਾਂਜੀ ਸੋ ਮੇਕ ਸ਼ੋਰ ਕਿ ਜਦੋਂ ਤੁਸੀਂ ਕੈਂਟਲੂਪ ਲੈ ਰਹੇ ਹੋ ਉਦੋਂ ਇੱਕਦਮ ਪਾਣੀ ਨਾ ਪੀਓ ਸੋ ਤੁਹਾਨੂੰ ਸਟਮਕ ਜਿਹੜੀ ਹੈ ਕਾਫੀ ਜ਼ਿਆਦਾ ਡਾਇਰੀਆ ਵੋਮਿਟਿੰਗ ਸਟਾਰਟ ਹੋ ਸਕਦਾ ਹਾਂਜੀ ਤੁਸੀਂ ਜਿਹੜਾ ਮੀਟ ਦਾ ਗੱਲ ਕੀਤੀ ਨਾਲ ਫੂਡ ਦਾ ਜ਼ਿਕਰ ਕੀਤਾ ਪਰ ਨਾਲ ਅਸੀਂ ਸੈਲਡਸ ਦੇ ਬਾਰੇ ਵੀ ਸੁਣਨੇ ਆ ਬਹੁਤ ਵਾਰੀ ਕਿ ਜੀ ਰੀਕਾਲ ਕਰ ਲੈ ਪ੍ਰੋਡਕਟਸ ਗਾਮਨ ਨੇ ਲਿਸਟਰੀਨ ਸੀ ਉਹਦੇ ਚੋ ਯੈਸ ਸੋ ਹਾਂਜੀ ਉਹ ਵੀ ਗਰਮੀ ਕਾਰਨ ਹੋ ਜਾਂਦਾ ਜੀ ਮੇ ਬੀ ਪ੍ਰੋਡਕਸ਼ਨ ਉਥੋਂ ਜਿੱਥੋਂ ਦੀ ਉਹ ਵਾਸ਼ ਕਰਦੇ ਆ ਉਹ ਉਹਨਾਂ ਦਾ ਹੈਗਾ ਉਹ ਦੇਖਣ ਹੈ ਨਾ ਉਹ ਆਪਾਂ ਨੂੰ ਦੱਸ ਸਕਦੇ ਆ ਕਿਉਂ ਹੋਇਆ ਸੋ ਆਈ ਥਿੰਕ ਦ ਰੀਜ਼ਨ ਬਿਹਾਈਂਡ ਇਜ਼ ਜਿਹੜੇ ਹੈਗੇ ਨੇ ਉਹ ਵੀ ਖਾਂਦੇ ਹੋਏ ਧਿਆਨ ਰੱਖਣਾ ਚਾਹੀਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਮੈਂ ਐਕਚੁਅਲੀ ਉਹ ਜਿਹੜੇ ਪੈਕਡ ਸੈਲਡਸ ਆ ਮੈਂ ਉਹਨੂੰ ਲੈਣਾ ਨਹੀਂ ਚਾਹੁੰਦੀ ਜੇ ਲਿਆਉਂਦੇ ਆ ਤੁਸੀਂ ਉਹਨੂੰ ਘਰੇ ਆ ਕੇ ਵਾਸ਼ ਕਰੋ ਚੰਗੀ ਤਰ੍ਹਾਂ ਅਤੇ ਵਾਸ਼ਿੰਗ ਵੀ ਤੁਸੀਂ ਖੁੱਲ੍ਹੇ ਪਾਣੀ 'ਚ ਕਰੋ ਲਾਈਕ ਇਹ ਨਹੀਂ ਕਿ ਓਕੇ ਥੋੜ੍ਹਾ ਜਿਹਾ ਟੈਪ ਦਾ ਪਾਣੀ ਪਾਤਾ ਤੁਸੀਂ ਉਹਨੂੰ ਲਾਈਕ ਡੂੰਘੇ ਪਾਣੀ ਦੇ ਵਿੱਚ ਪਾ ਕੇ ਉਹਨੂੰ ਰਿੰਸ ਕਰੋ ਕਿੰਨੀ ਵਾਰੀ ਚੰਗੀ ਤਰ੍ਹਾਂ ਹੈ ਨਾ ਸੋ ਜਿਸ ਤਰ੍ਹਾਂ ਕਿ ਅਨੀਅਨ ਆ ਹੁਣ ਮੈਂ ਬਾਹਰ ਅਨੀਅਨ ਨਹੀਂ ਖਾਂਦੀ ਬਿਲਕੁਲ ਵੀ ਹੈ ਨਾ ਸੋ ਸਭ ਨੂੰ ਆਈ ਥਿੰਕ ਬਹੁਤਿਆਂ ਨੂੰ ਪਤਾ ਕਿ ਅਨੀਅਨ ਜਿਹੜਾ ਉਹਦੇ ਵਿੱਚ ਬੈਕਟੀਰੀਆ ਅਬਜ਼ਾਰਬ ਹੁੰਦੇ ਆ ਜੇ ਕਿਸੇ ਨੂੰ ਫਲੂ ਹੋ ਗਿਆ ਨਾ ਉਹ ਤੁਸੀਂ ਇੱਕ ਰੂਮ 'ਚ ਕੱਟ ਕੇ ਅਨੀਅਨ ਰੱਖ ਦਿਓ ਅਤੇ ਉਹ ਸਾਰਾ ਤੁਹਾਡਾ ਇਨਵਾਇਰਮੈਂਟ ਥੋੜ੍ਹਾ ਕਲੀਨ ਹੋ ਸਕਦਾ ਸੋ ਅਨੀਅਨ ਜਿਹੜੇ ਕੱਟੇ ਹੋਏ ਨਾ ਹੀ ਖਾਓ ਅਵੋਇਡ ਕਰੋ ਸੋ ਮਤਲਬ ਰਾਤ ਨੂੰ ਜੇ ਕੱਟਿਆ ਤਾਂ ਸਵੇਰੇ ਅਵੋਇਡ ਹੀ ਕਰੋ ਬਿਲਕੁਲ ਕਿਉਂਕਿ ਅਨੀਅਨ ਜਿਹੜਾ ਉਹਦੇ 'ਚ ਬੈਕਟੀਰੀਆ ਸਾਰੇ ਅਬਜ਼ਾਰਬ ਕਰ ਰਿਹਾ ਹੈ ਨਾ ਸੋ ਕੱਟੇ ਹੋਏ ਅਨੀਅਨ ਜਾਂ ਤਾਂ ਸਿਰਕਾ ਵਗੈਰਾ ਦੇ ਵਿੱਚ ਪਾਏ ਹੋਏ ਆ ਸੋ ਉਹ ਮੈਨੂੰ ਲੱਗਦਾ ਕਿ ਤੁਹਾਨੂੰ ਐਂ ਕੱਟ ਕੇ ਅਨੀਅਨ ਫਰਿੱਜ 'ਚ ਵੀ ਨਹੀਂ ਰੱਖਣੇ ਚਾਹੀਦੇ ਗੇ ਉਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਆਪਾਂ ਨੂੰ ਬਹੁਤੇ ਲੋਕ ਆਈ ਡੋਂਟ ਨੋ ਅਵੇਅਰਨੈਸ ਹੈ ਨਹੀਂ ਬੜੀ ਛੇਤੀ ਉਹ ਅਨੀਅਨ ਖਾਂਦੇ ਆ ਕਿਉਂਕਿ ਚੰਗੇ ਲੱਗਦੇ ਆ ਪਰ ਨਹੀਂ ਹਾਂਜੀ ਅਵੋਇਡ ਕਰੋ ਅਨੀਅਨਸ ਨੂੰ ਹੁਣ ਪਾਰਟੀਆਂ ਹੈਗੀਆਂ ਨੇ ਜੀ ਪਾਰਟੀ ਤੁਸੀਂ ਜਾ ਕੇ ਹਰ ਕਿਸੇ ਕਿਸਮ ਦੇ ਲੋਕਾਂ ਨੂੰ ਮਿਲਣਾ ਤੁਸੀਂ ਹੱਥ ਵੀ ਮਿਲਾਉਂਦੇ ਹੋ ਖਾਸ ਤੌਰ ਤੇ ਜੈਂਟਸ ਜਿਹੜੇ ਹੈਗੇ ਨੇ ਤੇ ਉਸ ਤੋਂ ਬਾਅਦ ਅਸੀਂ ਉਹੀ ਹੱਥ ਧੋਤੇ ਬਗੈਰ ਹੀ ਖਾਣਾ ਕਈ ਵਾਰੀ ਖਾ ਲਿਆ ਹਾਂਜੀ ਇਹ ਵੀ ਜ਼ਰੂਰੀ ਹੈ ਇਹ ਗਰਮੀ ਦੇ ਵਿੱਚ ਕੋਈ ਪਸੀਨਾ ਹੈਗਾ ਤੁਹਾਡਾ ਕਈ ਕੁਝ ਹੈਗਾ ਤਾਂ ਉਹ ਤੁਹਾਡਾ ਉਸ ਸਮੇਂ ਹੱਥ ਜ਼ਰੂਰ ਧੋ ਲੈਣੇ ਚਾਹੀਦੇ ਨੇ ਜੀ ਦੇਖੋ ਜੀ ਸਿੰਪਲ ਜੀ ਗੱਲ ਆ ਆਪਾਂ ਕਾਰਟ ਚੱਕ ਕੇ ਲੈ ਕੇ ਜਾਂਦੇ ਆ ਕਦੇ ਸੋਚਿਆ ਕਿਸੇ ਨੇ ਘਰ ਜਾ ਕੇ ਹੱਥ ਧੋਏ ਉਹ ਤੋਂ ਕਿੰਨੇ ਜਰਮਸ ਹੋਣਗੇ ਆਪਾਂ ਰੇਲਿੰਗ ਫੜ ਕੇ ਆਪਾਂ ਉੱਪਰ ਚੜ ਰਹੇ ਆ ਹਨਾ ਦੇਖਿਆ ਜਾਵੇ ਤਾਂ ਆਪਾਂ ਜ਼ਿੰਦਗੀ ਜਿਉਣੀ ਥੋੜੀ ਔਖੀ ਹੋ ਸਕਦੀ ਹੈ ਪਰ ਫਿਰ ਵੀ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਜੀ ਹਨਾ ਕਿ ਉਹਨੂੰ ਪ੍ਰੋਟੈਕਟ ਕਰੋ ਆਪਣੇ ਆਪ ਨੂੰ ਸੋ ਕੋਈ ਵੀ ਜਿਹੜਾ ਫੂਡ ਕੁੱਕ ਕੀਤਾ ਹੋਇਆ ਉਹਨੂੰ ਦੁਬਾਰਾ ਗਰਮ ਕਰਕੇ ਜੋ ਬਹੁਤੀ ਦੇਰ ਬਾਹਰ ਨਾ ਰੱਖੋ ਸਪੈਸ਼ਲੀ ਇਨ ਸਮਰਸ ਹੈ ਨਾ ਸੋ ਜਦੋਂ ਉੱਠਣ ਜਿੰਨਾ ਚਾਹੀਦਾ ਉਨਾ ਹੀ ਗਰਮ ਕਰੋ ਅਤੇ ਜਿਹੜੇ ਹੁਣ ਬਾਰਬੀਕਿਊਜ਼ ਬਾਹਰ ਕਰਦੇ ਆ ਬਾਹਰ ਸੈਲਡਸ ਪਏ ਆ ਇਨ ਆਲ ਦੈਟ ਹੈ ਨਾ ਈਵਨ ਫਰੂਟਸ ਵੀ ਫਰੂਟ ਫਲਾਈਜ਼ ਆ ਰਹੀਆਂ ਨੇ ਸੋ ਉਹਨਾਂ ਨੂੰ ਵਾਸ਼ ਕਰਕੇ ਕਵਰ ਕਰਕੇ ਰੱਖੋ ਸੋ ਉਹ ਵੀ ਚੀਜ਼ਾਂ ਰਾਈਪਨ ਹੋ ਜਾਂਦੀਆਂ ਨੇ ਤੇ ਤੁਹਾਡੇ ਫੂਡ ਪੋਇਜ਼ਨਿੰਗ ਹੋ ਸਕਦੀ ਹੈ ਅਸੀਂ ਜੂਸ ਬਣਾ ਲੈਨੇ ਜਾਂ ਸਮੂਦੀਜ਼ ਬਣਾ ਲੈਨੇ ਆ ਤੇ ਉਹ ਵੀ ਅਸੀਂ ਇੱਕ ਦੇ ਮਤਲਬ ਇੱਕ ਜਦੋਂ ਜ਼ਿਆਦਾ ਬਣ ਗਈ ਤੇ ਅਸੀਂ ਅਗਲੇ ਦਿਨ ਵੀ ਪੀ ਲੈਨੇ ਆ ਕਹਿੰਦੇ ਨੇ ਉਹ ਵੀ ਖਰਾਬ ਹੋ ਜਾਂਦੀ ਹੈ ਵਾਈ ਹੋ ਜਾਂਦੀ ਦੇਖੋ ਕੋਈ ਵੀ ਚੀਜ਼ ਆਪਾਂ ਸਮੂਦੀ ਬਣਾਉਨੇ ਆ ਮੈਂ ਵੀ ਬਣਾਉਣੀ ਆ ਹੈ ਨਾ ਪਰ ਸਮੂਦੀ ਨੂੰ ਰਾਈਟ ਵੇ ਹੀ ਪੀਣਾ ਜ਼ਰੂਰੀ ਆ ਸੋ ਉਹਨੂੰ ਤੁਸੀਂ ਫਰਿੱਜ ਵਿੱਚ ਨਾ ਰੱਖੋ ਕਿਉਂਕਿ ਜਿੰਨੇ ਮਰਜ਼ੀ ਤੁਸੀਂ ਐਕਸਪਰਟ ਹੋ ਜਾਓ ਫਿਰ ਵੀ ਤੁਹਾਨੂੰ ਆਈਡੀਆ ਨਹੀਂ ਹੈਗਾ ਕਿ ਨੇਚਰ ਦੀ ਜਿਹੜੀ ਉਹ ਕੰਪੋਜੀਸ਼ਨ ਹੈਗੀ ਆ ਉਹਨੇ ਕੀ ਰਿਐਕਸ਼ਨਸ ਕਰਨੇ ਆ ਹੈ ਨਾ ਸੋ ਉਹਦੀ ਫਿਰ ਅੱਗੇ ਬਹੁਤ ਡਿਟੇਲਡ ਰਿਸਰਚ ਹੋ ਸਕਦੀਆਂ ਨੇ ਮੈਂ ਉਸ ਬਾਰੇ ਕੁਛ ਨਹੀਂ ਕਹਿ ਸਕਦੀ ਈਵਨ ਦੋ ਮੈਂ ਸਾਇੰਟਿਸਟ ਵੀ ਹੈਗੀ ਹਾਂ ਪਰ ਆਈ ਕੈਨ ਸੀ ਦੈਟ ਕਿ ਕਿਸੇ ਚੀਜ਼ ਨੂੰ ਜਦੋਂ ਆਪਾਂ ਇਹ ਕੰਬਾਈਨ ਕਰ ਲਈਦਾ ਨਾ ਈਵਨ ਆਈ ਰਿਕਮੈਂਡ ਕਿ ਜਿਹੜੇ ਤੁਸੀਂ ਪਿਲਸ ਵਗੈਰਾ ਵੀ ਲੈਂਦੇ ਹੋ ਉਹਨਾਂ ਨੂੰ ਗੈਪ ਪਾ ਕੇ ਲਓ ਦੋ ਚਾਰ ਇਕੱਠੀਆਂ ਲੈ ਕੇ ਅੰਦਰ ਨਾ ਸੁੱਟੋ ਤੇ ਕੋਈ ਵੀ ਚੀਜ਼ ਹੈਗੀ ਆ ਉਹਦੇ ਡੈਫੀਨਿਟਲੀ ਨਹੀਂ ਜਦੋਂ ਦੋ ਇੱਕ ਫਰੂਟ ਉਹ ਲੈ ਲਿਆ ਤੁਸੀਂ ਦੂਜਾ ਲੈ ਲਿਆ ਉਹਦੇ ਨਾਲ ਕੋਈ ਵੀ ਰਿਐਕਸ਼ਨ ਹੋ ਸਕਦਾ ਤੇ ਉਹਦਾ ਜਿਹੜਾ ਫੂਡ ਦਾ ਟੇਸਟ ਡਿਫਰੈਂਟ ਹੋ ਸਕਦਾ ਐਂਡ ਉਹ ਟੌਕਸਿਕ ਵੀ ਹੋ ਸਕਦਾ ਤੁਹਾਡੇ ਲਈ ਅੱਜ ਕੱਲ੍ਹ ਇੱਕ ਹੋਰ ਜਿਹੜਾ ਅਸੀਂ ਦੇਖਦੇ ਖਾਸ ਤੌਰ ਤੇ ਜਦੋਂ ਪਾਰਟੀਜ਼ ਵਗੈਰਾ ਜਾਂਦੇ ਹੈਗੇ ਆ ਉੱਥੇ ਅੱਜ ਕੱਲ੍ਹ ਗੋਲ ਗੱਪਿਆਂ ਦਾ ਰਿਵਾਜ਼ ਹੈਗਾ ਤੇ ਪਾਣੀ ਪਾ ਕੇ ਬੜੇ ਸਵਾਦ ਨਾਲ ਅਸੀਂ ਲੈਂਦੇ ਆ ਹਾਂਜੀ ਉਹ ਅਗੇਨ ਉਹਦੇ ਵੀ ਕੀ ਤੁਸੀਂ ਕਹਿਣਾ ਚਾਹੋਗੇ ਕਿਉਂਕਿ ਇਹੋ ਜਿਹੀਆਂ ਜਿਹੜੀ ਐਕਸਪੋਜਰ ਹੋ ਰਹੀਆਂ ਨੇ ਚੀਜ਼ਾਂ ਨੂੰ ਕੀ ਉਹ ਦੇਖੋ ਜੇ ਤਾਂ ਉਹ ਵਾਟਰ ਵਧੀਆ ਯੂਜ਼ ਆਪਣਾ ਬੀਸੀ ਲੱਕੀ ਆ ਆਪਾਂ ਬੀਸੀ ਦਾ ਵਾਟਰ ਮੈਂ ਤਾਂ ਟੈਪ ਵਾਟਰ ਹੀ ਪੀਨੀ ਆ ਹੈ ਨਾ ਜੀ ਸੋ ਬੀਸੀ ਦਾ ਵਾਟਰ ਬਹੁਤ ਵਧੀਆ
ਜੋ ਹਾਈਜੈਨਿਕ ਤਰੀਕੇ ਨਾਲ ਬਣਾਏ ਆ ਕੋਈ ਹਰਜ ਨਹੀਂ ਹੈਗਾ ਕਿਉਂਕਿ ਇੱਥੇ ਫਿਰ ਵੀ ਉਹ ਯੂਜ਼ ਕਰਦੇ ਆ ਕਿ ਪਾਣੀ ਤੁਹਾਨੂੰ ਗਲਾਸ 'ਚ ਪਾ ਕੇ ਦੇ ਦਿੰਦੇ ਆ ਪਰ ਉਹਦੇ 'ਚ ਸਪਾਈਸਿਸ ਹੈਗੀਆਂ ਜਿਹੜੀਆਂ ਤੁਹਾਨੂੰ ਪ੍ਰੋਟੈਕਟ ਕਰਦੀਆਂ ਨੇ ਸੋ ਜੇ ਉਹ ਪ੍ਰੋਪਰਲੀ ਬਣੇ ਹੋਏ ਆ ਦੇਰ ਇਜ਼ ਨੋ ਹਾਰਮ ਇਨ ਦੈਟ ਆਈ ਥਿੰਕ ਸੋ ਬਿਕੋਜ਼ ਆਈ ਲਾਈਕ ਇਟ ਵੈਲ ਆਈ ਆਲਸੋ ਲਾਈਕ ਇਟ ਤਾਂ ਮੈਂ ਪੁੱਛ ਰਿਹਾ ਸੀ ਤੁਹਾਨੂੰ ਐਨੀਵੇਜ਼ ਥੈਂਕ ਯੂ ਵੈਰੀ ਮੱਚ ਬੜੇ ਸਿੰਪਲ ਟਿਪਸ ਨੇ ਪਰ ਅਗੇਨ ਜਦੋਂ ਐਕਸਪਰਟ ਤੋਂ ਆਉਂਦੇ ਨੇ ਡੈਫੀਨਿਟਲੀ ਇਸ ਦਾ ਸਾਨੂੰ ਬੈਨੀਫਿਟ ਮਿਲਦਾ ਥੈਂਕ ਯੂ ਜੀ ਥੈਂਕ ਯੂ ਹਰਪ੍ਰੀਤ ਜੀ